ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ। ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਭਾਜਪਾ ਨੇ ਆਪਣੀ ਤਾਕਤ ਵਰਤ ਕੇ, ਆਪਣਾ ਰਸੂਖ ਵਰਤ ਕੇ ਬਹੁਤ ਸਾਰੀਆਂ ਪਾਰਟੀਆਂ ਢਾ ਲਈਆਂ ਤੇ ਸਰਕਾਰਾਂ ਜਿਹੜੀਆਂ ਬਦਲਾਵਾ ਦਿੱਤੀਆਂ, ਸਰਕਾਰਾਂ ਵੀ ਸੁੱਟ ਲਈਆਂ, ਆਪਣੀਆਂ ਬਣਵਾਰੀਆਂ ਤੇ ਪੰਜਾਬ ਦੇ ਵਿੱਚ ਵੀ ਅਜਿਹੀ ਸਥਿਤੀ ਕਰਨ ਦੀ ਤਿਆਰੀ ਦੇ ਵਿੱਚ ਭਾਜਪਾ ਹੈਗੀ ਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਢਾਇਆ ਜਾ ਸਕਦਾ ਹੈ ਜਾਂ ਫਿਰ ਜਿਸ ਤਰੀਕੇ ਦੀਆਂ ਜਿਹੜੇ ਛੜਿਅੰਤਰ ਰਚੇ ਜਾ ਰਹੇ ਨੇ ਕਿ ਉਹ ਸਿਰਫ ਛੜਿਅੰਤਰ, ਸੱਚਾਈ ਵੀ ਹੈਗੀ ਹੈ ਕਿ ਕੁਝ ਪੰਜਾਬ ਦੇ ਵਿੱਚ ਤਿਆਰੀ ਕਰ ਰਹੀ ਹੈ ਭਾਜਪਾ, ਉਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ। ਉਧਰ ਗੱਲਬਾਤ ਨਾਲ ਦੀ ਨਾਲ ਕਰਾਂਗੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ। ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ, ਕੁਝ ਮੁੱਦੇ ਜਿਹੜੇ ਇਹੋ ਜਿਹੇ ਉੱਠੇ ਜਿਹੜੇ ਮੁੱਦਿਆਂ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਵੱਲ ਜਿਹੜਾ ਉਹ ਧਿਆਨ ਨਹੀਂ ਹੋਣ ਦਿੱਤਾ, ਪਰ ਪੰਜਾਬ ਦੀ ਵਿਗੜੀ ਹੋਈ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਹੈ ਕੀ ਹੈ ਉਹ ਜਿਹੜੀ ਆ ਤੁਹਾਨੂੰ ਦੱਸਾਂਗੇ ਔਰ ਉਹਦਾ ਹੱਲ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਉੱਧਰ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਵੀ ਜਿਹੜੀ ਹੈ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਕਈ ਤਰੀਕੇ ਦੇ ਜਿਹੜੇ ਸਵਾਲ ਉੱਠ ਰਹੇ ਨੇ। ਇਹ ਸਾਰੀਆਂ ਖਬਰਾਂ ਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਆ ਪ੍ਰੋਗਰਾਮ ਦੀ ਉਹ ਆਪਾਂ ਇਸੇ ਤੋਂ ਹੀ ਕਰਦੇ ਹਾਂ। ਭਾਜਪਾ ਜਿਹੜੀ ਹੈ ਹੁਣ ਪੰਜਾਬ ਦੇ ਵਿੱਚ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹਰ ਮੁੱਦੇ ਦੇ ਉੱਪਰ ਜਿਹੜੇ ਆ ਜੇ ਵਿਰੋਧੀ ਸਵਾਲ ਉਹਨਾਂ ਦੀ ਸਰਕਾਰ ਤੇ ਚੁੱਕਦੇ ਸੀ ਤਾਂ ਉਹ ਪਾਕਿਸਤਾਨ ਬਾਰਡਰ ਦੀ ਗੱਲ ਕਰਨ ਲੱਗ ਜਾਂਦੇ ਸੀ। ਹੁਣ ਵੀ ਉਹ ਸਰਕਾਰ ਦੇ ਵਿੱਚ ਨਹੀਂ ਨੇ, ਸਰਕਾਰ ਕਿਸੇ ਦੀ ਬਣ ਗਈ ਤਾਂ ਹੁਣ ਵੀ ਉਹ ਪੰਜਾਬ ਦੇ ਬਾਰਡਰ ਤੋਂ ਖਤਰਾ ਦੱਸਣ ਲੱਗ ਰਹੇ ਆ। ਹੁਣ ਭਾਜਪਾ ਵੀ ਉਸੇ ਰਸਤੇ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਮੋਦੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਕਰਕੇ ਆਏ, ਕਹਿੰਦੇ ਕਿ ਅਸੀਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ, ਪੰਜਾਬ ਦੀ ਬਾਰਡਰ ਸਥਿਤੀ ਨੂੰ ਲੈ ਕੇ ਗੱਲਬਾਤ ਕੀਤੀ ਹੈ। ਹੁਣ ਭਾਜਪਾ ਜਿਹੜੀ ਇਹ ਗੱਲ ਕਹਿਣ ਲੱਗ ਗਈ ਹੈ, ਤਰੁਣ ਚੁੱਗ ਹੋਣਾ ਨੇ ਬਿਆਨ ਦੇ ਦਿੱਤਾ ਹੈ। ਹੁਣ ਇਹ ਸ਼ੁਰੂਆਤ ਤਾਂ ਨਹੀਂ ਹੈ ਕਿ ਜਿਸ ਤਰੀਕੇ ਦਾ ਖਤਰਾ ਦੱਸਿਆ ਜਾ ਰਿਹਾ ਪੰਜਾਬ ਨੂੰ, ਬਾਰਡਰ ਨੂੰ, ਦੇਸ਼ ਨੂੰ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਕੇ ਪੰਜਾਬ ਦੀ ਜਿਹੜੀ ਭਾਜਪਾ ਦੀ ਸਰਕਾਰ, ਮਾਫ ਕਰਨਾ, ਆਪ ਦੀ ਸਰਕਾਰ ਹੈ ਉਹਨੂੰ ਥੋੜਾ ਜਿਹਾ ਬਦਨਾਮ ਕਰਕੇ ਸਥਿਤੀਆਂ ਜਿਹੜੀਆਂ ਦੂਜੇ ਸੂਬਿਆਂ ਦੇ ਵਿੱਚ ਬਣਾਈਆਂ ਸਰਕਾਰਾਂ ਸੁੱਟਣ ਵਾਲੀਆਂ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਕਾਮਯਾਬ ਹੋ ਜੂਗੀ ਇਹਨਾਂ ਦੀ ਇਹ ਗੱਲਬਾਤ ਜਿਹੜੀ ਹੈ, ਕਿਉਂਕਿ 92 ਵਿਧਾਇਕਾਂ ਦਾ ਜਿਹੜਾ ਉਹ ਇੱਕ ਹੁੰਦਾ ਨਾ ਕਿ ਬਹੁਤ ਵੱਡਾ ਸਮਰਥਨ ਹੁੰਦਾ, ਐਡੀ ਛੇਤੀ ਉਹ ਟੁੱਟਣ ਵਾਲਾ ਨਹੀਂ। ਪਰ ਫਿਰ ਵੀ ਜੋ ਚਾਲਾਂ ਚੱਲੀਆਂ ਜਾ ਰਹੀਆਂ, ਕਿਹੜੇ ਸੰਦਰਭ ਦੇ ਵਿੱਚ ਇਹ ਚਾਲਾਂ ਨੇ, ਕੀ ਲੱਗਦਾ ਕਿ ਸਿਰਫ ਇਹ ਬਿਆਨਬਾਜ਼ੀ ਹੈ ਜਾਂ ਫਿਰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਉਸ ਵਾਲੇ ਪਾਸੇ ਚੱਲਣ ਨੂੰ ਤਿਆਰੀ ਹੈ? ਸੁਖਵਿੰਦਰ ਜੀ, ਜਦੋਂ ਅਸੀਂ ਸਵੇਰੇ ਪ੍ਰੋਗਰਾਮ ਦੀ ਗੱਲਬਾਤ ਕਰ ਰਹੇ ਸਾਂ, ਸਵੇਰ ਦਾ ਜਦੋਂ ਪ੍ਰੋਗਰਾਮ ਕੀਤਾ ਸੀ ਤਾਂ ਅਸੀਂ ਕਾਂਗਰਸ ਤੇ ਅਕਾਲੀ ਦਲ ਦੀ ਗੱਲ ਕੀਤੀ ਕਿ ਕਾਂਗਰਸ ਜਿਹੜੀ ਆ ਉਹ ਚੇਅਰਮੈਨੀਆਂ ਨੂੰ ਲੈ ਕੇ ਰੌਲਾ ਪਾਈ ਜਾ ਰਹੀ ਹੈ। ਮਤਲਬ ਜਦੋਂ ਮੁੱਦਾ ਕੋਈ ਨਹੀਂ ਹੈਗਾ, ਅਕਾਲੀ ਦਲ ਆਪਣੇ ਲੈਵਲ ਤੇ ਐਕਸਾਈਜ਼ ਨੀਤੀ ਦੀ ਗੱਲ ਕਰ ਰਿਹਾ, ਤੇ ਉਹ ਸਭ ਕਾਸੇ ਦੇ ਵਿੱਚ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਨੂੰ ਵੇਖਦਾ ਤਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਥਿਤੀ ਆ, ਸਿਰਫ ਤੇ ਸਿਰਫ ਇੱਕ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਅਜਿਹਾ ਮੁੱਦਾ ਆ ਜਿਹੜਾ ਉਹਨਾਂ ਨੇ ਹਰ ਰਾਜ ਦੇ ਵਿੱਚ ਵਰਤਿਆ, ਤੇ ਉਹਨਾਂ ਦਾ ਇੱਕ ਹਰਮਨ ਪਿਆਰਤਾ ਲੋਕਪ੍ਰਿਯਤਾ ਮੁੱਦਾ ਇਹ ਆ ਕਿ ਜਦੋਂ ਵੀ ਗੱਲ ਕਰਦੀ ਆ ਦੇਸ਼ ਦੀ ਸੁਰੱਖਿਆ ਦੀ ਗੱਲ ਕਰਨੀ ਆ, ਤੇ ਇਸ ਤਰੀਕੇ ਨਾਲ ਸ਼ੋ ਕਰਨਾ ਜਨਤਾ ਦੇ ਵਿੱਚ ਕਿ ਜੇਕਰ ਦੇਸ਼ ਨੂੰ ਸੁਰੱਖਿਆ ਦੇ ਸਕਦੀ ਆ ਪਾਕਿਸਤਾਨ ਜਾਂ ਹੋਰ ਗਵਾਂਢੀ ਮੁਲਕਾਂ ਤੋਂ ਇੱਕ ਮਜ਼ਬੂਤ ਸੁਰੱਖਿਆ ਦੇ ਸਕਦੀ ਆ, ਤਾਂ ਉਹ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਆ, ਚਾਹੇ ਉਹ ਸਰਕਾਰ ਕੇਂਦਰ 'ਚ ਹੋਵੇ ਤੇ ਚਾਹੇ ਉਹ ਸਰਕਾਰ ਪੰਜਾਬ 'ਚ ਹੋਵੇ ਚਾਹੇ ਹਰਿਆਣੇ 'ਚ ਹੋਵੇ। ਜੇ ਦੇਸ਼ ਦੇ ਲੋਕਾਂ ਨੇ ਇੱਕ ਸੁਰੱਖਿਆ ਦੇ ਪੱਖ ਤੋਂ ਮਤਲਬ ਮਜ਼ਬੂਤ ਸਰਕਾਰ ਵੇਖਣੀ ਆ ਤਾਂ ਕੇਵਲ ਭਾਰਤੀ ਜਨਤਾ ਪਾਰਟੀ ਹੈ ਜਿਸ ਨੂੰ ਦੇਸ਼ ਦੀ ਸੁਰੱਖਿਆ ਦਾ ਖਤਰਾ ਹੈਗਾ। ਸੋ ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਹਰਮਨ ਪਿਆਰਾ ਵਿਸ਼ਾ ਆ ਜਿਹੜਾ ਉਹ ਸਮੇਂ ਸਮੇਂ ਤੇ ਉਹਨਾਂ ਨੇ ਅਲਾਪਣਾ ਹੁੰਦਾ ਤੇ ਉਹ ਲਾਭਦੇ ਵੀ ਰਹੇ ਆ। ਪੰਜਾਬ ਦੇ ਵਿੱਚ ਹੁਣ ਜਿਹੜੀ ਸਥਿਤੀ ਸੀ, ਕਾਂਗਰਸ ਪਾਰਟੀ ਦੇ ਚੇਅਰਮੈਨ ਨੂੰ ਲੈ ਕੇ ਆਪਣੀ ਹਾਜ਼ਰੀ ਜਿਹੜੀ ਲਵਾਤੀ, ਦੂਜੇ ਪਾਸੇ ਅਕਾਲੀ ਦਲ ਨੇ ਜਿਹੜਾ ਮੁੱਦਾ ਪੰਜਾਬ ਦੀ ਐਕਸਾਈਜ਼ ਨੀਤੀ ਦਾ ਚੁੱਕ ਲਿਆ, ਤੇ ਤਾਈ ਦੀ ਚੀਜ਼ ਚੱਲੀ ਤੇ ਮੈਂ ਕੋ ਰਵਾਂ ਇਕੱਲੀ। ਫਿਰ ਭਾਰਤੀ ਜਨਤਾ ਪਾਰਟੀ ਕੋਲ ਇਹੋ ਮੁੱਦਾ ਸੀ ਕਿ ਜਿਹੜਾ ਸਰਹੱਦੀ ਖੇਤਰਾਂ ਦੇ ਵਿੱਚ ਹਾਈਕੋਰਟ ਨੇ ਨਿਰਦੇਸ਼ ਦੇ ਕੇ ਮਾਈਨਿੰਗ ਬੰਦ ਕਰਾਈ ਆ, ਕਿਉਂ ਨਾ ਉਸ ਮੁੱਦੇ ਨੂੰ ਚੁੱਕ ਕੇ ਉਸ ਨੂੰ ਦੇਸ਼ ਦੀ ਸੁਰੱਖਿਆ ਵਾਸਤੇ ਵਰਤਦਿਆਂ ਹੋਇਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ
ਨਿਸ਼ਾਨਾ ਸਿੱਧਿਆ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਦੇਸ਼ ਦੀ ਖਾਸ ਤੌਰ ਤੇ ਸਰਹੱਦੀ ਪ੍ਰਾਂਤ ਜਿਹੜਾ ਪੰਜਾਬ ਆ ਇਹਦੀ ਰੱਖਿਆ ਕਰਨ ਦੇ ਵਿੱਚ ਅਸਮਰੱਥ ਆ ਤੇ ਜਿਸ ਕਾਰਨ ਇਹ ਸਰਕਾਰ ਨੂੰ ਹੁਣ ਚਲੇ ਜਾਣਾ ਚਾਹੀਦਾ ਆ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅਜਿਹੀ ਮਨੋਸਥਿਤੀ ਮੈਨੂੰ ਲੱਗਦੀ ਆ। ਹੁਣ ਜੇਕਰ ਅੱਜ ਦੇ ਬਿਆਨ ਦੀ ਗੱਲ ਕਰਾਂ, ਤਰਨ ਝੁੱਗਣਾ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਤਾਂ ਮਤਲਬ ਇੱਥੋਂ ਤੱਕ ਕਹਿ ਤਾ ਕਿ ਜਿਵੇਂ ਭਾਰਤੀ ਜਨਤਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਰਾਸ਼ਟਰ ਸੁਰੱਖਿਆ ਵਿਰੋਧੀ ਦੇ ਅੰਤਰਗਤ ਇਹਨੇ ਪੰਜਾਬ ਦੇ ਸੁਰੱਖਿਆ ਦੇ ਨਾਲ ਦੇਸ਼ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਸਮਝੌਤਾ ਜਿਹੜਾ ਕਰਕੇ ਤੇ ਸਭ ਕੁਝ ਦਾਅ ਤੇ ਲਾ ਦਿੱਤਾ ਹੈਗਾ। ਅਸਲ 'ਚ ਸੁਖਵਿੰਦਰ ਜੀ ਇਹੋ ਜਿਹੀ ਗੱਲ ਹੈ ਨਹੀਂ। ਆਮ ਆਦਮੀ ਪਾਰਟੀ ਦੀ ਗੱਲ ਆਪਾਂ ਰਹਿੰਦੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਕੋਲ ਇਸ ਤੋਂ ਇਲਾਵਾ ਹੋਰ ਕੋਈ ਵੀ ਵਿਸ਼ਾ ਜਿਹੜਾ ਨਹੀਂ ਹੈਗਾ ਜਿਹੜੇ ਦੇਸ਼ ਦੇ ਲੋਕ ਇਸ ਵਿਸ਼ੇ ਨੂੰ ਸੁਣਦੇ ਹੋਣ। ਤੇ ਪੰਜਾਬ ਦੇ ਵਿੱਚ ਤਾਂ ਉੱਕਾ ਹੀ ਇਹ ਵਿਸ਼ਾ ਨਾ ਤਾਂ ਲੋਕ ਸੁਣਦੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ਸਮੇਂ ਤੇ ਰੌਲਾ ਪਾਇਆ, ਈਵਨ ਕਿ ਕਰਤਾਰਪੁਰ ਕਾਰੀਡੋਰ ਦੀ ਜਿੰਨੀ ਅਸੀਂ ਕਹਿ ਸਕਦੇ ਵਿਰੋਧ ਆ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ, ਮੇਰਾ ਨਹੀਂ ਖਿਆਲ ਕਿਸੇ ਹੋਰ ਨੇਤਾ ਨੇ, ਈਵਨ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਕੀਤੀ ਹੋਵੇ, ਪਰ ਉਹਨਾਂ ਨੇ ਕੀਤੀ। ਤਾਂ ਹੁਣ ਭਾਰਤੀ ਜਨਤਾ ਪਾਰਟੀ 'ਚ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਉਸ ਦਿਨ ਕੈਪਟਨ ਸਾਹਿਬ ਮਿਲਾ ਇਹਨੇ ਮੋਦੀ ਸਾਹਿਬ ਨੂੰ ਤਾਂ ਕੁਦਰਤੀ ਰਹੋ ਤੌਰ ਤੇ ਰਾਖ, ਤਾਂ ਉਹਨਾਂ ਨੇ ਆਪਣੇ ਕੈਪਟਨ ਅਮਰਿੰਦਰ ਸਿੰਘ ਹੁਣੇ ਵੀ ਇਸ ਤਰੀਕੇ ਨਾਲ ਸਾਬਤ ਕਰਦੇ ਆ ਕਿ ਪੰਜਾਬ ਦੇ ਜੇਕਰ ਅਸਲ ਰਾਖੇ ਨੇ ਪਾਕਿਸਤਾਨ ਦੇ ਨਾਲ ਲੈ ਕੇ ਪਾਕਿਸਤਾਨ ਦੇ ਪੱਖ ਤੋਂ ਤਾਂ ਪੰਜਾਬ ਦੇ ਅਸਲ ਰਾਖੇ ਕੈਪਟਨ ਅਮਰਿੰਦਰ ਸਿੰਘ ਹੀ ਨੇ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਹਮੇਸ਼ਾ ਇਹ ਯਤਨ ਰਿਹਾ ਸੀ ਬੀਤੇ ਦੌਰ 'ਚ, ਬੇਸ਼ੱਕ ਉਹਨਾਂ ਦੇ ਪਾਕਿਸਤਾਨੀ ਦੋਸਤ ਉਹਨਾਂ ਦੇ ਘਰ ਰਹਿੰਦੇ ਨੇ, ਉਹ ਇੱਕ ਵੱਖਰਾ ਵਿਸ਼ਾ ਉਹਨਾਂ ਵਾਸਤੇ। ਤਾਂ ਇਹੋ ਜਿਹੀ ਸਾਰੀ ਸਥਿਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇਹ ਜਿਹੜਾ ਬਿਆਨ ਆ ਇਹ ਕੇਵਲ ਤੇ ਕੇਵਲ ਪੰਜਾਬ ਦਾ ਸਿਆਸੀ ਜਿਹੜਾ ਅਸੀਂ ਕਹਿ ਸਕਦੇ ਆ ਦ੍ਰਿਸ਼, ਉਹਦੇ ਉੱਤੇ ਕੇਵਲ ਆਪਣੇ ਹਸਤਾਖਰ ਕਰਾਉਣ ਤੱਕ ਹੀ ਸੀਮਤ ਆ ਕਿ ਚਲੋ ਭਾਈ ਜੇ ਦੂਜੀਆਂ ਪਾਰਟੀਆਂ ਬਿਆਨ ਦੇ ਰਹੀਆਂ ਨੇ ਆਪਾਂ ਵੀ ਆਪਣਾ ਬਿਆਨ ਠੋਕ ਦਿੰਦੇ ਹਾਂ। ਹੁਣ ਇਹੋ ਜਿਹੇ ਜਦੋਂ ਬਿਆਨ ਜਦੋਂ ਆਉਣਗੇ ਕੁਦਰਤੀ ਤੌਰ ਤੇ ਚਰਚਾ ਤਾਂ ਕਰਨੀ ਬਣਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਰਾਸ਼ਟਰ ਸੁਰੱਖਿਆ ਵਿਰੋਧੀ ਨੀਤੀ ਦੇ ਪ੍ਰਤੀ ਚਿੰਤਾ ਦਾ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ, ਜੇ ਉਹ ਇਸ ਤਰ੍ਹਾਂ ਦੇ ਬਿਆਨ ਭਾਰਤੀ ਜਨਤਾ ਪਾਰਟੀ ਨੂੰ ਦੇਣੇ ਆਉਂਦੇ ਆ। ਬਾਕੀ ਰਹੀ ਗੱਲ ਸਰਕਾਰ ਬਣਾਉਣ ਦੀ ਗੱਲ ਆਮ ਆਦਮੀ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ, ਅਜੇ ਸੁਖਵਿੰਦਰ ਜੀ ਅਜੇ ਟਾਈਮ ਲੱਗੇਗਾ, ਅਜੇ ਤਾਂ ਜਿਹੜੀਆਂ 2024 ਦੀਆਂ ਚੋਣਾਂ ਨੇ ਅਜੇ ਤਾਂ ਉਹ ਵੇਖ ਲਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਕਿਹੋ ਜਿਹਾ ਇੱਥੇ ਪ੍ਰਦਰਸ਼ਨ ਕਰ ਪਾਉਂਦੀ ਆ। ਬੇਸ਼ੱਕ ਸਿੱਖ ਚਿਹਰੇ ਨਾਮੀ ਸਿੱਖ ਚਿਹਰਿਆਂ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕੀਤਾ, ਕਰ ਵੀ ਰਹੀ ਆ, ਗਾਂਹ ਵੀ ਕਰੇਗੀ, ਪਰ ਜੇਕਰ ਤੁਸੀਂ ਇਹ ਗੱਲ ਸਮਝੋ ਕਿ ਭਾਰਤੀ ਜਨਤਾ ਪਾਰਟੀ ਆਪਾਂ ਇਸ ਮੁੱਦੇ ਨੂੰ ਬਹੁਤਾ ਨਾ ਵੀ ਖਿੱਚੀਏ ਤਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਕੋਈ ਗੱਲਬਾਤ ਜਿਹੜੀ ਮੈਨੂੰ ਲੱਗਦਾ ਨਹੀਂ ਕਿ ਭਾਜਪਾ ਦੀ ਛੇਤੀ ਪੈਰ ਲੱਗ ਸਕਣਗੇ ਪੰਜਾਬ ਦੇ ਵਿੱਚ, ਤੇ ਕਿਉਂਕਿ 92 ਵਿਧਾਇਕਾਂ ਦਾ ਸਮਰਥਨ ਅਣਖੀ ਸਾਹਿਬ ਬਹੁਤ ਜ਼ਿਆਦਾ ਹੁੰਦਾ, ਔਰ ਮੈਨੂੰ ਲੱਗਦਾ ਕਿ ਭਾਜਪਾ ਇੰਨੇ ਵਿਧਾਇਕਾਂ ਨੂੰ ਪੱਟਣ ਦੇ ਬਾਰੇ ਇੱਡੀ ਛੇਤੀ ਸੋਚ ਵੀ ਨਹੀਂ ਕਰਦੀ। ਸੁਖਵਿੰਦਰ ਜੀ ਗੱਲ ਇਹ ਵੀ ਆ ਕਿ 92 ਹੋਣ ਚਾਹੇ 60 ਹੋਣ ਚਾਹੇ 57 ਹੋਣ ਚਾਹੇ 58 ਹੋਣ, ਗੱਲ ਉਹ ਨਹੀਂ ਆ, ਗੱਲ ਹੈਗੀ ਕਿ ਭਾਜਪਾ ਦਾ ਪੰਜਾਬ ਦੇ ਵਿੱਚ ਆਧਾਰ ਕੀ ਹੈ। ਅੱਜ ਦੀ ਤਰੀਕ ਦੇ ਵਿੱਚ ਵੀ ਲੋਕ ਭਾਜਪਾ ਨੂੰ ਪਸੰਦ ਨਹੀਂ ਕਰਦੇ, ਬੇਸ਼ੱਕ ਜਿੰਨੇ ਮਰਜ਼ੀ ਸਿੱਖ ਚਿਹਰੇ ਉਹ ਲੈ ਗਏ ਨੇ, ਤੇ ਜੇਕਰ ਉਹ ਸਿੱਖ ਚਿਹਰਿਆਂ ਨੂੰ ਨਾਲ ਲੈ ਕੇ ਬੀਤੇ ਦੌਰ 'ਚ ਉਹਨੇ ਆਪਣਾ ਜ਼ੋਰ ਅਜ਼ਮਾਈ ਕਰ ਹੀ ਲਈ ਆ, ਤਾਂ ਮੰਨ ਲਓ ਕਿ ਇਹ 92 ਵਿਧਾਇਕਾਂ ਦੇ ਵਿੱਚੋਂ ਵਿਧਾਇਕ ਤੋੜ ਵੀ ਲੈਂਦੀ ਆ, ਤੇ ਕਿਹਦੇ ਸਿਰ ਤੇ? ਆਮ ਭਾਰਤੀ ਜਨਤਾ ਪਾਰਟੀ ਦਾ ਤਾਂ ਕੇਵਲ 2 ਜਾਂ 1 ਦੇ ਵਿਧਾਇਕ ਹੈਗਾ, ਉਸ ਵਿਧਾਇਕ ਨੇ ਇਹਨਾਂ ਨੇ ਕੀ ਕਰਨਾ? ਸੋ ਇਹ ਸਿਰਫ ਇਹ ਆ ਕਿ ਗੁੰਝਲ ਜਿਹੜੀ ਆ ਉਹ ਪਾਈ ਜਾ ਸਕਦੀ ਆ, ਕਿਉਂਕਿ ਉੱਥੇ ਬਨਵਾਰੀ ਲਾਲ ਪੁਰੋਹਿਤ ਜਿਹੜਾ ਉਹਨਾਂ ਦਾ ਬੰਦਾ ਬੈਠਾ ਉਹਦੇ ਰਾਹੀਂ ਕਹਿ ਕੇ ਕੁਝ ਨਾ ਕੁਝ ਜ਼ੋਰ ਅਜਮਾਈ ਕਰਾ ਕੇ ਪੰਜਾਬ ਸਰਕਾਰ ਵਾਸਤੇ ਸਮੱਸਿਆਵਾਂ ਜਾਂ ਆਪਣੀ ਇਹੋ ਜਿਹੀਆਂ ਖੜੀਆਂ ਕੀਤੀਆਂ ਜਾ ਸਕਦੀਆਂ। ਪਰ ਜੇ ਮੈਂ ਇਹ ਕਹਾਂ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਦਿਨਾਂ 'ਚ ਇਸ ਤਰੀਕੇ ਨਾਲ ਕਰ ਲੂਗੀ, ਉਹ ਮੈਨੂੰ ਲੱਗਦਾ ਨਹੀਂ ਸੁਖਵਿੰਦਰ ਜੀ ਅਜੇ ਕੋਈ ਇਹੋ ਜਿਹਾ ਚਮਤਕਾਰ ਕਰ ਸਕੇ, ਕਿਉਂਕਿ ਕਿਸਾਨ ਅੰਦੋਲਨ ਨੇ ਜਿਸ ਤਰੀਕੇ ਨਾਲ ਜੜੀ ਤੜੀ ਤੇਲ ਜਿਹੜਾ ਨਾ ਭਾਰਤੀ ਜਨਤਾ ਪਾਰਟੀ ਦੇ ਦਿੱਤਾ ਜਾਂ ਦੂਜੇ ਪਾਸੇ ਅਕਾਲੀ ਦਲ ਤੇ ਦਿੱਤਾ, ਉਹ ਪਤਾ ਹੀ ਆ ਸਾਰਿਆਂ ਲੋਕਾਂ ਨੂੰ। ਅਕਾਲੀ ਦਲ ਤਾਂ ਚਲੋ ਫਿਰ ਵੀ ਸਰਵਾਈਵ ਕਰ ਸਕਦਾ, ਪਰ ਜੇ ਤੁਸੀਂ ਇਹ ਕਹੋ ਕਿ ਭਾਰਤੀ ਜਨਤਾ ਪਾਰਟੀ 2024 ਦੀਆਂ ਚੋਣਾਂ 'ਚ ਪ੍ਰਦਰਸ਼ਨ ਕਰਕੇ ਤੇ 27 'ਚ ਪੰਜਾਬ 'ਚ ਸਰਕਾਰ ਬਣਾਏਗੀ, ਇਹ ਸੁਖਵਿੰਦਰ ਜੀ ਅਜੇ ਮੇਰੀ ਆਪਣੀ ਸਿਆਸੀ ਸਮਝ ਆ, ਮੈਨੂੰ ਅਜੇ ਮੰਨਣ 'ਚ ਨਹੀਂ ਔਖਾ, ਮੈਨੂੰ ਨਹੀਂ ਸਮਝ ਲੱਗਦੀ ਕਿ ਕਿਸ ਤਰੀਕੇ ਨਾਲ ਆਪਾਂ। ਦੂਜਾ ਜਿਹੜਾ ਮਸਲਾ ਅਣਖੀ ਸਾਹਿਬ ਉਹ ਬੜਾ ਅਹਿਮ ਹੈ, ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਹੋਰੀ ਵੀ ਇਹ ਲਗਾਤਾਰ ਮੁੱਦਾ ਚੱਕਦੇ ਰਹੇ ਆ ਔਰ ਆਪਾਂ ਵੀ ਲਗਾਤਾਰ ਚਰਚਾਵਾਂ ਕਰਦੇ ਰਹੇ, ਹਾਲਾਂਕਿ ਪਿਛਲੇ ਕੁਝ ਮੁੱਦੇ ਪਿਛਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੇ ਆਏ ਜਿਨ੍ਹਾਂ ਦੇ ਧਿਆਨ ਥੋੜਾ ਜਿਹਾ ਭੜਕਾਤਾ, ਪਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਅਣਖੀ ਸਾਹਿਬ ਮੈਨੂੰ ਲੱਗਦਾ ਕਿ ਸੁਖਾਵੀ ਨਹੀਂ ਹੈ, ਕਿਉਂਕਿ ਬੇਸ਼ੱਕ ਸਿੱਧੂ ਮੂਸੇਵਾਲਾ ਦਾ ਕਤਲ ਹੋਵੇ ਤੇ ਉਸ ਤੋਂ ਬਾਅਦ ਉਹ ਲਗਾਤਾਰ ਜਿਹੜੇ ਹੋਏ ਕਤਲ ਹੋਣ, ਇੱਕ ਅੱਜ ਕਤਲ ਹੋ ਗਿਆ ਇੱਕ ਲੜਕੀ ਦਾ ਕਤਲ, ਚਲੋ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿ ਦਿੰਦੇ ਆ ਕਿ ਚਲੋ ਭਾਈ ਇੱਕ ਅੱਧੀ ਘਟਨਾ ਆ ਤਾਂ ਫਿਰ ਹੁੰਦੀ ਰਹਿੰਦੀ ਆ, ਇੱਕ ਅੱਧੀ ਘਟਨਾ ਨਹੀਂ ਹੋਈ, ਭਲਾ ਇੱਕ ਹੋਵੇ ਭਲਾ ਅੱਧੀ ਹੋਵੇ, ਜਿਹਨਾਂ ਦੇ ਘਰ ਦੇ ਵਿੱਚ ਮਾਤਮ ਜਿਹੜਾ ਉਹ ਵਿਛਿਆ ਹੋਵੇ, ਅਣਖੀ ਸਾਹਿਬ ਉਹਨਾਂ ਨੂੰ ਪੁੱਛ ਕੇ ਦੇਖਣਾ ਚਾਹੀਦਾ। ਔਰ ਦੂਜੀ ਗੱਲ ਇਹ ਵੀ ਹੈ ਕਿ ਇੱਕ ਅੱਧੀ ਘਟਨਾ ਨਹੀਂ ਵਾਪਰਦੀ, ਘਟਨਾਵਾਂ ਬਹੁਤ ਵਾਪਰਦੀਆਂ ਨੇ। ਔਰ ਤੁਸੀਂ ਦੂਜੇ ਪਾਸੇ ਇਹ ਲੈ ਲਓ, ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਐਡੀ ਵੱਡੀ ਘਟਨਾ ਵਾਪਰ ਜਾਣ ਤੋਂ ਬਾਅਦ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਨੇ
ਚਾਹੇ ਉਹ ਗੈਂਗਸਟਰ ਹੋਣ, ਚਾਹੇ ਉਹ ਗੈਂਗਸਟਰਾਂ ਦੇ ਨਾਮ ਤੇ ਕੋਈ ਸ਼ਰਾਰਤੀ ਅਨਸਰ ਹੋਣ, ਚਾਹੇ ਕੁਛ ਲਾ ਲਓ, ਇੰਨੇ ਹੌਸਲੇ ਬੁਲੰਦ ਨੇ ਉਹਨਾਂ ਨੂੰ ਲਗਾਤਾਰ, ਉਹਨਾਂ ਦੇ ਪਿਤਾ ਜੀ ਨੂੰ ਵੀ ਧਮਕੀਆਂ ਮਿਲ ਰਹੀਆਂ, ਇੰਨੇ ਹੌਸਲੇ ਬੁਲੰਦ ਨੇ। ਔਰ ਉੱਧਰ ਲਗਾਤਾਰ ਆਪਾਂ ਇਹ ਵੀ ਗੱਲਾਂ ਕਹਿ ਲਈਏ, ਇਹ ਤਾਂ ਗੱਲਾਂ ਆਪਾਂ ਕਹਿ ਹੀ ਸਕਦੇ ਹਾਂ ਕਿ ਜਿਹੜੀਆਂ ਫੇਕ ਕਾਲਸ ਆ ਰਹੀਆਂ ਨੇ ਗੈਂਗਸਟਰਾਂ ਦੇ ਨਾਮ ਤੇ, ਕਿਤੇ ਕਿਸੇ ਨੂੰ ਲਾ ਕੇ ਫੋਨ ਫਰੌਤੀ ਮੰਗ ਲਈ ਜਾਂਦੀ ਹੈ, ਕਿਤੇ ਕਿਸੇ ਨੂੰ ਫੋਨ ਲਾ ਕੇ ਫਰੌਤੀ ਮੰਗ ਲਈ ਜਾਂਦੀ ਹੈ, ਬੇਸ਼ੱਕ ਉਹ ਗੈਂਗਸਟਰਾਂ ਦਾ ਨਾਮ ਵਰਤਦੇ ਹੋਣ, ਬੇਸ਼ੱਕ ਉਹ ਗੈਂਗਸਟਰ ਹੋਣ, ਪਰ ਗੱਲ ਇਹ ਹੈ ਕਿ ਸਵਾਲ ਤਾਂ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਹੀ ਉੱਠ ਰਹੇ ਆ ਨਾ, ਕਿ ਕਿਤੇ ਇੰਜ ਤਾਂ ਨਹੀਂ ਹੋ ਗਿਆ ਕਿਹੜੇ ਜਿਹੜੇ ਮਾੜੇ ਅਨਸਰ ਨੇ ਉਹ ਭਾਂਪ ਗਏ ਹੋਣ, ਕਿ ਸਰਕਾਰ ਜਿਹੜੀ ਹੈ ਉਹ ਇਨਐਕਸਪੀਰੀਅੰਸਡ ਨਹੀਂ ਹੈਗੀ, ਜਿਹਦੇ ਕਰਕੇ ਉਹ ਇਹ ਜਿਹੜਾ ਫਾਇਦਾ ਚੁੱਕਦੇ ਰਹੇ ਜਾ ਰਹੇ। ਹਾਂ ਸੁਖਵਿੰਦਰ ਜੀ, ਬੜਾ ਮਹੱਤਵਪੂਰਨ ਤੁਸੀਂ ਪ੍ਰਸ਼ਨ ਕੀਤਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰੀਕੇ ਨਾਲ ਪੰਜਾਬ 'ਚ ਆਏ ਦਿਨ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ, ਤਾਂ ਉਹਨਾਂ ਘਟਨਾਵਾਂ ਦੇ ਨਾਲ ਕੁਦਰਤੀ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਪ੍ਰਸ਼ਨ ਉੱਠਣਗੇ ਹੀ ਉੱਠਣਗੇ। ਬੜਾ ਸੋਹਣਾ ਸ਼ਬਦ ਤੁਸੀਂ ਵਰਤਿਆ ਕਿ ਗੈਰ ਤਜਰਬੇਕਾਰ ਅਫਸਰਾਂ ਨੂੰ ਵੀ ਪਤਾ ਕਿ ਇੰਨੇ ਜਿਹੜੇ ਇਹ ਜਿਹੜੇ ਇਸ ਵੇਲੇ ਉਸ ਤੇ ਸਾਡੇ ਤੇ ਅਫਸਰ ਜਿਹੜੇ ਮਾਫ ਕਰਨਾ ਜਿਹੜੇ ਨੇਤਾ ਬੈਠੇ ਨੇ ਇੰਨੇ ਤਜਰਬੇਕਾਰ ਨਹੀਂ ਹਨ, ਜ਼ਿਆਦਾਤਰ ਉਹ ਵਿਧਾਇਕ ਨੇ ਜਿਹੜੇ ਪਹਿਲੀ ਵਾਰ ਆਏ ਤੇ ਦੂਜੇ ਪਾਸੇ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਵੀ ਦਾਖਲ ਕੀਤੇ ਉਹ ਵੀ ਪਹਿਲੀ ਵਾਰ ਦੇ ਪਾਸ ਕੀਤੇ ਜਿਹੜੇ ਵਿਧਾਇਕ ਬਣੇ ਜਿਹੜੇ ਨੇ ਉਹ ਆਏ ਨੇ। ਇਹਦੇ ਪਿੱਛੇ ਆਮ ਆਦਮੀ ਪਾਰਟੀ ਦੀ ਰਣਨੀਤੀ ਕੀ ਆ ਜਾਂ ਕੀ ਨਹੀਂ, ਇਹ ਤਾਂ ਅਰਵਿੰਦ ਕੇਜਰੀਵਾਲ ਸੋਚਦੇ ਨੇ, ਉਹ ਉਹਨਾਂ ਦੇ ਅਨੁਸਾਰ ਹੋਏਗਾ, ਪਰ ਜੋ ਮਰਜ਼ੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਆ ਕਿ ਇਹ ਜਿਹੜਾ ਸ਼ਬਦ ਜਿਹੜਾ ਤੁਸੀਂ ਵਰਤਿਆ ਕਿ ਗੈਰ ਤਜਰਬੇਕਾਰ, ਇਸ ਗੱਲ ਨੂੰ ਮੈਨੂੰ ਲੱਗਦਾ ਤੁਹਾਡੀ ਗੱਲ ਨਾਲ ਮੈਂ ਪੂਰਨ ਤੌਰ ਤੇ ਸਹਿਮਤ ਹਾਂ ਕਿ ਪੰਜਾਬ ਦੀ ਅਫਸਰਸ਼ਾਹੀ ਇਸ ਗੱਲ ਨੂੰ ਭਾਪ ਗਈ ਆ ਤੇ ਉਹ ਆਪਣੀ ਮਰਜ਼ੀ ਨਾਲ ਕੰਮ ਜਿਹੜਾ ਕਰਦੀ ਰਹੀ ਆ, ਕੰਮ ਕਰ ਵੀ ਰਹੀ ਹੈ ਤੇ ਕੰਮ ਕਰਦੀ ਪਈ ਆ, ਤੇ ਸ਼ਾਇਦ ਸੁਖਵਿੰਦਰ ਜੀ ਇਹੋ ਹੀ ਕਾਰਨ ਆ ਕਿ ਦੂਜੇ ਪਾਸੇ ਪੰਜਾਬ ਸਰਕਾਰ ਨਾ ਕਹਾਂ, ਜੇ ਪੰਜਾਬ ਦੇ ਉੱਤੇ ਇਸ ਵੇਲੇ ਮੁੱਖ ਮੰਤਰੀ ਨੇ ਜਾਂ ਹੋਰ ਜਿਹੜੇ ਨੇਤਾ ਨੇ ਉਹ ਵੀ ਇਹ ਗੱਲ ਸਮਝ ਗਏ ਨੇ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਕਾਬੂ ਹੇਠ ਨਹੀਂ ਹੈਗਾ, ਤਾਂ ਹੀ ਹਰ ਰੋਜ਼ ਹਰ 10ਵੇਂ ਦਿਨ ਜਾਂ 5ਵੇਂ ਦਿਨ ਪੁਲਿਸ ਦੀਆਂ ਵੱਡੇ ਪੱਧਰ ਤੇ ਜਿਹੜੀਆਂ ਬਦਲੀਆਂ ਆ ਉਹ ਕਰ ਦਿੱਤੀਆਂ ਜਾਂਦੀਆਂ, ਕਦੇ ADGP ਲਾ ਐਂਡ ਆਰਡਰ ਈਸ਼ਵਰ ਸਿੰਘ ਹੁੰਦਾ, ਕਦੇ ADGP ਅਰਪਣ ਸ਼ੁਕਲਾ ਲਾ ਦਿੱਤੇ ਜਾਂਦੇ ਆ, ਮਤਲਬ ਹਫ਼ਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਹੀ ਤਿੰਨ ਤੁਸੀਂ ADGP ਲਾ ਐਂਡ ਆਰਡਰ ਦੇ ਬਦਲ ਦੋਗੇ, ਕੁਦਰਤੀ ਤੌਰ ਤੇ ਫਿਰ ਸਾਫ਼ ਤੇ ਅਰਥ ਇਹੋ ਨਿਕਲਦੇ ਨੇ ਕਿ ਤੁਹਾਨੂੰ ਪੰਜਾਬ ਦੀ ਮੌਜੂਦਾ ਅਫਸਰਸ਼ਾਹੀ ਨੂੰ ਅਫਸਰਸ਼ਾਹੀ ਦੇ ਉੱਤੇ ਤੁਹਾਨੂੰ ਭਰੋਸਾ ਨਹੀਂ ਤੇ ਦੂਜੇ ਪਾਸੇ ਅਫਸਰਸ਼ਾਹੀ ਨੂੰ ਤੁਹਾਡੇ ਉੱਤੇ ਭਰੋਸਾ ਨਹੀਂ, ਇੱਕ ਲੈਕ ਆਫ ਜਿਹੜੀ ਅੰਡਰਸਟੈਂਡਿੰਗ ਆ ਦੋਵਾਂ ਦੇ ਵਿਚਕਾਰ ਜਿਹੜੀ ਚੱਲਦੀ ਪਈ ਆ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਪੰਜਾਬ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਜਾ ਕੇ ਜਿੱਥੇ ਚਰਚ ਦੇ ਉੱਤੇ ਹਮਲਾ ਹੁੰਦਾ, ਇਸ ਉੱਥੇ ਜੀਸਸ ਦਾ ਮਰੀਅਮ ਦਾ ਬੁੱਤ ਦਾ ਬੇਦ ਵੀ ਹੁੰਦੀ ਆ, ਦੂਜੇ ਪਾਸੇ ਅੰਮ੍ਰਿਤਸਰ ਦੇ ਜ਼ਿਲ੍ਹੇ ਡੱਡੂਵਾਣੇ ਦੇ ਵਿੱਚ ਵੀ ਨਿਹੰਗ ਸਿੰਘਾਂ ਤੇ ਇਸਾਈਆਂ ਦਾ ਆਪਸੀ ਟਕਰਾਅ ਹੁੰਦਾ, ਤੇ ਦੂਜੇ ਪਾਸੇ ਇਸ ਤੋਂ ਵੱਡੀ ਤ੍ਰਾਸਦੀ ਕੀ ਕਹੀ ਜਾ ਸਕਦੀ, ਇੰਨੀਆਂ ਦੋ ਮਹੱਤਵਪੂਰਨ ਘਟਨਾਵਾਂ ਹੋਣ, ਪੰਜਾਬ ਦੇ ਜਿਹੜਾ ਭਾਈਚਾਰਾ ਜਿਹੜਾ ਵੱਸਦਾ ਸਿੱਖ ਔਰ ਇਸਾਈ ਭਾਈਚਾਰੇ ਦੇ ਵਿਚਕਾਰ ਵਿੱਥ ਪਾਉਣ ਵਾਲੀਆਂ ਇਹ ਦੋ ਘਟਨਾਵਾਂ ਹੋਣ, ਤੇ ਇੰਟੈਲੀਜੈਂਸ ਦੇ ਇਨਪੁੱਟ ਜਿਹੜਾ ਬਿਲਕੁਲ ਜ਼ੀਰੋ ਹੋਵੇ, ਉਹ ਸਰਕਾਰ ਤੱਕ ਪਹੁੰਚੇ ਹੀ ਨਾ ਹੋਵੇ, ਇਸ ਤੋਂ ਵੱਡੀ ਹੋਰ ਲਾਹਨਤ ਜਾਂ ਇਸ ਤੋਂ ਵੱਡੀ ਸਰਕਾਰ ਦੀ ਕਮਜ਼ੋਰੀ? ਤੁਸੀਂ ਦੇਖ ਲਓ ਸਿੱਧੂ ਮੂਸੇਵਾਲੇ ਦੀ ਅਟੈਂਡੈਂਸ ਫੇਲ ਹੋਈ, ਫਿਰ ਤੁਸੀਂ ਇਹ ਦੇਖ ਲਓ ਕਿ ਜਿਹੜਾ ਪਟਿਆਲਾ ਦੇ ਵਿੱਚ ਐਡੀ ਵੱਡੀ ਘਟਨਾ ਹੁੰਦੀ ਹੁੰਦੀ ਬਚ ਗਈ, ਬੇਸ਼ੱਕ ਜਾਨੀ ਤੌਰ ਤੇ ਕੋਈ ਨੁਕਸਾਨ ਇੱਥੇ ਨਹੀਂ ਹੋਇਆ, ਪਰ ਘਟਨਾ ਬਹੁਤ ਵੱਡੀ ਸੀਗੀ। ਜਦ ਦੀ ਤੁਸੀਂ ਗੱਲ ਕੀਤੀ ਹੈ, ਗੈਂਗਸਟਰ ਆਪਣੇ ਤੌਰ ਤੇ ਸਰਗਰਮ ਨੇ, ਜਿਹੜੇ ਧਰਮ ਦੇ ਨਾਂ ਤੇ ਦੰਗੇ ਭੜਕਾਉਣ ਵਾਲੇ ਲੋਕ ਨੇ ਉਹ ਆਪਣੇ ਤੌਰ ਤੇ ਸਰਗਰਮ ਨੇ, ਯਾਨੀ ਕਿ ਬੇਲਗਾਮ ਸਥਿਤੀ ਹੈ। ਬਿਲਕੁਲ ਬੇਲਗਾਮ ਸੁਖਵਿੰਦਰ ਜੀ ਸਥਿਤੀ ਹੈਗੀ ਆ, ਤੇ ਤਾਂ ਹੀ ਇਹ ਸਭ ਕੁਝ ਨਜ਼ਰ ਜਿਹੜਾ ਆ ਰਿਹਾ ਕਿ ਇਹਦੇ ਕੋਈ ਘਟਨਾ ਵਾਪਰਦੀ ਆ, ਔਰ ਪਤਾ ਹੀ ਨਹੀਂ ਲੱਗਦਾ। ਹੁਣ ਤੁਸੀਂ ਦੇਖੋ ਕਿ ਸ਼ਾਇਦ ਇਸ ਵੇਲੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ, ਇਹਨਾਂ ਨੂੰ ਗੌਰਵ ਯਾਦਵ ਤੇ ਹੀ ਭਰੋਸਾ ਹੈਗਾ, ਜਿਸ ਤਰੀਕੇ ਨਾਲ ਅੱਜ ਲੈਟਰ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਜਿਹੜੇ DGP ਗੌਰਵ ਯਾਦਵ ਵੀ ਰਹਿਣਗੇ, ਆ ਜਿਹੜੇ VK ਭਾਵਰਾ ਸਾਹਿਬ ਨੇ ਉਹਨਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾ ਦਿੱਤਾ ਗਿਆ, ਪਰ ਜੇਕਰ ਕੱਲ੍ਹ ਨੂੰ ਉਹ ਵਿਅਕਤੀ ਸੁਪਰੀਮ ਕੋਰਟ ਚਲੇ ਜਾਂਦੇ ਆ, ਤਾਂ ਫਿਰ ਪੰਜਾਬ ਸਰਕਾਰ ਵਾਸਤੇ ਫਿਰ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਸਕਦੀ ਆ, ਹਾਲਾਂਕਿ ਵਿੱਚੋਂ ਕੋਈ ਨਾ ਕੋਈ ਰਸਤਾ ਤਾਂ ਜ਼ਰੂਰ ਕੱਢਿਆ ਹੋਵੇਗਾ। ਪਰ ਜਿਹੜੀਆਂ ਸਥਿਤੀਆਂ ਨੇ ਇਸ ਵੇਲੇ, ਇਹਨਾਂ ਨੂੰ ਇਸ ਤਰ੍ਹਾਂ ਲੱਗਣ ਡਿਆ ਕਿ ਜਿਹੜੇ ਮੌਜੂਦਾ DGP ਨੇ ਗੌਰਵ ਜਾਂ ਵਧੀਆ ਨਤੀਜੇ ਆ ਰਹੇ ਨੇ, ਠੀਕ ਆ, ਪੁਲਿਸ ਨੇ ਹਰ ਅਧਿਕਾਰੀ ਦਾ ਆਪੋ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ, ਪਰ ਪੰਜਾਬ ਦੇ ਲੋਕਾਂ ਨੇ ਇਹ ਬਦਲੀਆਂ ਕੱਖ ਨਹੀਂ ਲੈਣੀਆਂ। ਪੰਜਾਬ ਦੇ ਲੋਕਾਂ ਨੇ ਇਹ ਵੇਖਣਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਜਿਹੜੀ ਆ ਕਿਸ ਤਰੀਕੇ ਨਾਲ ਕਾਬੂ ਹੇਠ ਰਹਿ ਸਕਦੀ ਆ। ਹੁਣ ਆ ਬੜੀ ਵੱਡੀ ਘਟਨਾ, ਤੁਸੀਂ ਸਿੱਧੂ ਮੂਸੇਵਾਲ ਦੇ ਗੱਲ ਕੀਤੀ ਆ, ਸਿੱਧੂ ਮੂਸੇਵਾਲ ਦੇ ਫਾਦਰ ਨੂੰ, ਪਰਿਵਾਰ ਨੂੰ ਜਿਸ ਤਰੀਕੇ ਨਾਲ ਕੱਲ੍ਹ ਧਮਕੀਆਂ ਮਿਲੀਆਂ, ਹਾਲਾਂਕਿ ਚਲੋ ਉਹਨਾਂ ਨੇ ਦੇਸ਼ ਇਸ ਕਰਕੇ ਜਾਣਾ ਸੀ, ਉਹਨਾਂ ਦਾ ਪਹਿਲਾਂ ਤੈਅਸ਼ੁਦਾ ਪ੍ਰੋਗਰਾਮ ਸੀ ਉਹ ਦੇਸ਼ ਛੱਡ ਕੇ ਚਲੇ ਗਏ ਕਿ ਜਾ ਕੇ ਉਹਨਾਂ ਨੇ ਬਿਜ਼ਨਸ ਕਰਨਾ, ਪਰ ਇਹਦੇ ਨਾਲ ਜੇਕਰ ਇਸ ਨੂੰ ਇਸ ਐਂਗਲ ਨਾਲ ਬੰਦਾ ਵੇਖ ਲਵੇ ਕਿ ਉਹ ਡਰ ਕੇ ਚਲੇ ਗਏ, ਹਾਲਾਂਕਿ ਉਹ ਡਰ ਕੇ ਨਹੀਂ ਗਏ, ਉਹਨਾਂ ਨੇ ਕਿਹਾ ਆ ਕਿ ਮੈਂ ਆਪਣੇ ਬਿਜ਼ਨਸ ਕਰਕੇ ਜਾ ਰਿਹਾ, ਮੈਨੂੰ ਕਿਸੇ ਦਾ ਡਰ ਨਹੀਂ, ਤੇ ਸੁਖਵਿੰਦਰ ਜੀ ਜਿਸ ਬੰਦੇ ਨੇ ਆਪਣਾ ਪੋਤੀ ਗਵਾਲਿਆ ਹੋਵੇ ਉਸ ਤੋਂ ਵੱਡਾ ਫਿਰ ਗਵਾਉਣ ਨੂੰ ਉਹਦੇ ਕੋਲ ਹੁੰਦਾ ਕੱਖ ਨਹੀਂ। ਸੋ ਉਹ ਬੰਦਾ ਇਸ ਵੇਲੇ ਜੀਣ ਮਰਨ ਤੋਂ ਮੁਕਤ ਆ, ਉਹਦੇ ਉੱਤੇ ਆਪ ਇਸ ਵੇਲੇ ਅਸੀਂ ਕਹਿ ਸਕਦੇ ਕਿ ਕੋਈ ਡਰ ਜਾਂ ਖੌਫ ਵਾਲੀ ਸਥਿਤੀ ਨਹੀਂ ਹੈਗੀ, ਪਰ ਇਹਦੇ ਬਾਵਜੂਦ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਗੈਂਗਸਟਰਾਂ ਨੇ ਧਮਕੀਆਂ
तौर पर वह बंदा पुलिस के कब्जे च होते धमकियां दिखाई जा रही हो बड़ी हैरानगी की गल मैनू यह समझ नहीं आती कि लारेंस बिश्नोई जरा पुलिस के कब्जे चा दूजे पास नाते गैंग धमकियां दे रहे हैं पुलिस उन्होंने छे उन्होंने पूछ लगे कि हाँ भी की स्थिति है ज की स्थिति नहीं सो सुखविंदर जी ये कोई शक नहीं कि पंजाब जिहोजी स्थिति बनती पई है यहोजी स्थिति जी आउंदिया दिनों सरकार वास्ते गंभीर जिहड़ियां मुश्किलां पैदा कर सकती है वैसे हुंदा तां इदां ही कि क्राइम तां किसे ना किसे रूप दे विच पंजाब च रहिंदा ही हर स्टेट च रहिंदा हैगा चाहे हुण एक नवां एंगल आ गया कि जिहड़े पाकिस्तान च बैठे अतवादी ने ओह रिंदे हुणां नूं लै के रिंदे हुणी जिहड़े ने ओह दूजे गैंगस्टर नूं लै के अपना काम करवा रहे आ सो अजिहियां स्थितियां दे विच बहुत कुछ इहो जिहा जिहड़ा वापर सकदा जिहड़ा सरकार वास्ते आउंदिया दिनों च गंभीर चिंता दा विशा हो सकदा जी बिल्कुल उधर दूजे पास एक गैंगस्टर की फोटो भी जी सोशल मीडिया तो काफी ज्यादा जी वायरल जी हो गई है वो भी पता नहीं लग रहा की चक्कर की है ते जे जेलों के इन्नी ही जी वधिया सुरक्षा की है जेल मंत्री साहब होर ने तो फिर जेलों के फोटो किवें वायरल हो रही जेलों के बैठे लोग किवें बाहर संपर्क करी जा रहे हैं ये एक लॉ एंड ऑर्डर की स्थिति के वास्ते खतरा है सुखविंदर जी इस तो वही लॉ एंड ऑर्डर की स्थिति खतरे वाली होर की हो सकती है कि जेकर जेलों च बैठे ही सिस्टम सारा कुछ बाहर चलता पाया फोटो वायरल हो रही वीडियो कॉल्स उतों हो रही तो दूजे पास सरकार कह रही है कि जेलों के अं सुरखे सख्त सुरखे प्रबंध किए ने चिड़ी नहीं पर मार सकती पर उन्होंने इन्हों दावे ही इन्ना कुछ जेकर होगा तो सुखविंदर जी फिर लोगों ने तो सवाल करने ही लोग तो फिर सवाल करे लोगों ने एक असं कह सकते कि विश्वास करके एक भरोसा करके इन्हों सरकार लिया जे हालांकि अजे तक लोगों अजे बदलाव कोई हों नजर नहीं जे आया इन्ह पां महीनों के बदलाव की कोई स्थिति नजर नहीं जे आई सिर्फ इन्ना का जरूर लगा कि फट फट के दो मंत्री या तीन मंत्री अंदर कर दते हैं जेकर यो बदलाव तो पंजाब के लोगों अजिहा बदलाव चाहिए नहीं है ना लोगों ये बदलाव मंजूर आ लोगों को चाहिए कि लोग जिते सुरक्षित तरीके रात को सौ सकन सवेरे उठ के अपने काम धंधे जान अपने बाल बच्चे पालन तो जेकर यहोजियां फेक गल जेल के बैठ के लोग करे योजना फोटो वायरल हो सुखविंदर जी आम तुहाडे जां मेरे वर्गा बंदा भी चिंता होएगा अपने बच्चों की सुरक्षा को लैके अपने घर की सुरक्षा को लैके क्योंकि असी वो माहौल देखिया 1984 तो लैके 1995 तक कि कितना 5 बजे ही घर ताले जिहड़े वज जांदे सन सड़क सुन मसान हो जांदियां सन हालांकि हुण वो स्थिति नहीं है पर फिर भी वक्त बदलदिया सुखविंदर जी देर पता नहीं लगता सरकार को चाहिए कि इस मुद्दे पर गंभीर होकर कोई ना कोई स्टैप जो योजना ली जाए तो पंजाब के लोग ठीक तरीके अपना जीवन जो बतीत कर सकन जी सब तो साढ़े ना प्रोग्राम दे जुड़े तुहाडा बहुत बहुत धन्यवाद बहुत बहुत शुक्रिया सुखविंदर जी ਆਈ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ 'ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਤਦ ਤੱਕ ਦੀ ਇਜਾਜ਼ਤ ਧੰਨਵਾਦ